NH1 ਤੇ ਮਿਲੀ ਕਪੂਰਥਲਾ ਪੁਲਿਸ ਨੂੰ ਵੱਡੀ ਸਫਲਤਾ। ਅੰਮ੍ਰਿਤਸਰ ਦਿੱਲੀ ਹਾਈਵੇ ਤੇ ਦੇਰ ਰਾਤ ਖਾਸ ਸਮਗਰੀ ਤੇ ਹੋਰ ਸਮਾਨ ਲਿਜਾਣ ਵਾਲੇ ਵਾਹਨ ਚਾਲਕਾਂ ਨੂੰ ਡਰਾ ਧਮਕਾ ਕੇ ਹਥਿਆਰਾਂ ਦੇ ਬਲ ਤੇ ਉਹਨਾਂ ਦਾ ਸਮਾਨ ਲੁੱਟਣ ਵਾਲੇ ਅੰਤਰਰਾਜ ਗੈਂਗ ਦੇ 4 ਸ਼ਾਤਿਰ ਅਪਰਾਧੀਆਂ ਨੂੰ ਕਪੂਰਥਲਾ ਪੁਲਿਸ ਨੇ ਅਰੈਸਟ ਕੀਤਾ। ਇਹਨਾਂ ਵਿੱਚੋਂ 3 ਜੰਮੂ ਤੇ 1 ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਇਹਨਾਂ ਕੋਲੋਂ 2 ਛੋਟੇ ਹਾਥੀ, 1 ਵੱਡਾ ਕੈਂਟਰ, 1 ਆਲਟੋ ਗੱਡੀ, 10 ਬੋਰੇ ਲਸਣ, 8 ਪੇਟੀਆਂ ਮੱਛੀ ਦੀਆਂ ਤੇ 78,000 ਨਕਦੀ ਬਰਾਮਦ ਹੋਇਆ। ਇਹ ਗੈਂਗ ਪਿਛਲੇ 3 ਸਾਲਾਂ ਤੋਂ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਤੇ ਦੇਰ ਰਾਤ ਹਥਿਆਰਾਂ ਦੇ ਬਲ ਤੇ ਦੂਸਰੇ ਰਾਜਾਂ ਤੋਂ ਆਇਆ ਖਾਣ ਪੀਣ ਵਾਲਾ ਸਮਾਨ ਵੇਚਣ ਜਾਂ ਛੱਡਣ ਆਏ ਵਾਹਨ ਚਾਲਕਾਂ ਨੂੰ ਡਰਾ ਧਮਕਾ ਕੇ ਲੁੱਟਦੇ ਸੀ। ਜ਼ਿਲ੍ਹਾ ਕਪੂਰਥਲਾ ਪੁਲਿਸ ਦੀ ਜਾਂਚ ਵਿੱਚ ਇਸ ਗੈਂਗ ਨੇ 8 ਵਾਰਦਾਤਾਂ ਨੂੰ ਕਬੂਲ ਕੀਤਾ। ਇਹਨਾਂ ਫੜੇ ਗਏ ਅਪਰਾਧੀਆਂ ਤੇ ਪਹਿਲਾਂ ਵੀ NDP ਐਕਟ ਦੇ ਤਹਿਤ ਮਾਮਲੇ ਦਰਜ ਹੈ। ਸਪੈਸ਼ਲ ਨਿਊਜ਼ ਪੰਜਾਬੀ ਦੇ ਰਿਪੋਰਟਰ ਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਪੁਲਿਸ ਨੇ ਇੱਕ ਇੰਟਰਸਟੇਟ ਗੈਂਗ ਰੋਬਰਸ ਤੇ ਸਮਗਲਰਸ ਦਾ ਬਸਟ ਕੀਤਾ ਹੈ, ਜਿਹੜੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਹਾਈਵੇ ਤੋਂ ਵੱਡੀ ਗੱਡੀਆਂ ਖੋਹ ਕਰਕੇ ਲਿਜਾਂਦੇ ਸੀ ਅਤੇ ਕਾਫੀ ਜ਼ਿਲ੍ਹਿਆਂ ਵਿੱਚ ਇਹਨਾਂ ਨੇ ਵਾਰਦਾਤਾਂ ਕੀਤੀਆਂ। ਪਿਛਲੇ ਹਫ਼ਤੇ ਵਿੱਚ 16 ਤਰੀਕ ਅਤੇ 21 ਤਰੀਕ ਵਿੱਚ ਕਪੂਰਥਲੇ 'ਚ 2 ਛੋਟੇ ਹਾਥੀ ਅਤੇ ਸਮਾਨ ਦੇ ਨਾਲ ਖੋਹ ਕੀਤੇ ਗਏ ਸੀ। ਕਪੂਰਥਲਾ ਪੁਲਿਸ DSP ਭੁਲੱਥ ਅਤੇ CIA SPD ਦੇ ਅੰਡਰ CIA ਟੀਮ ਨੇ ਇਹਨਾਂ ਨੂੰ ਫੋਲੋ ਅਪ ਕਰਕੇ ਸਾਡੀ ਟੀਮ ਨੇ ਕਠੂਏ ਤੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ 4 ਦੋਸ਼ੀ ਜਿਹੜੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਹਾਈਵੇ ਰੋਬਰੀ ਕਰਕੇ ਕਠੂਏ ਜਾ ਕੇ ਸਮਾਨ ਨੂੰ ਵੇਚ ਦਿੰਦੇ ਸੀ। ਇਹਨਾਂ ਨੂੰ ਗ੍ਰਿਫਤਾਰ ਕਰਨ 'ਤੇ ਇਹਨਾਂ ਦੇ ਹੋਰ ਵੱਡੇ ਖੁਲਾਸੇ ਹੋਏ ਆ। ਇਹਨਾਂ ਨੇ 8 ਹੋਰ ਵਾਰਦਾਤਾਂ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਕੀਤੀਆਂ ਜਿਹੜੀਆਂ ਕਰਨੀ ਮੰਨੇ ਹੈ ਅਤੇ ਇਹਨਾਂ ਤੋਂ 2 ਛੋਟੇ ਹਾਥੀ, 1 ਵੱਡਾ ਕੈਂਟਰ, 1 ਗੱਡੀ, ਕੁਛ ਕੈਸ਼, 78,000 ਦੇ ਕਰੀਬ ਕੈਸ਼ ਰਿਕਵਰ ਹੋਇਆ ਜਿਹੜੇ ਚੋਰੀ ਦੇ ਵਾਰਦਾਤਾਂ ਤੋਂ ਇਹਨਾਂ ਨੇ ਕਮਾਈ ਸੀ। ਇਸ ਤੋਂ ਇਲਾਵਾ ਇਹਨਾਂ 'ਤੇ ਕਈ ਕ੍ਰਿਮੀਨਲ ਬੈਕਗਰਾਊਂਡ ਵੀ ਹੈ, NDPS ਦੇ ਪਰਚੇ ਵੀ ਹੈ ਇਹਨਾਂ ਅਕਿਊਜ਼ 'ਤੇ ਅਤੇ ਹੋਰ ਤਫਤੀਸ਼ ਸਾਡੀ ਜਾ ਰਹੀ ਹੈ। ਕਿੰਨੇ ਰੋਪੀ ਟੋਟਲ? ਅਸੀਂ ਟੋਟਲ 4 ਰੋਪੀ ਗ੍ਰਿਫਤਾਰ ਕੀਤੇ ਹਾਂ, ਜਿਨ੍ਹਾਂ 'ਚੋਂ 3 ਜੰਮੂ ਦੇ ਰਹਿਣ ਵਾਲੇ ਅਤੇ 1 ਗੁਰਦਾਸਪੁਰ ਦਾ ਰਹਿਣ ਵਾਲਾ। ਇਹ ਗੈਂਗ 'ਚ ਕਿਸ ਤਰ੍ਹਾਂ ਇਹ ਵਾਰਦਾਤ ਨੂੰ ਅੰਜਾਮ ਦਿੰਦਾ ਸੀ? ਇਹ ਗੈਂਗ ਜਿਵੇਂ ਦੱਸਿਆ ਰਾਤ ਨੂੰ ਲੇਟ ਨਾਈਟ ਹਾਈਵੇ 'ਤੇ ਜਿਹੜੀ ਗੱਡੀ ਜਾ ਰਹੀ ਹੁੰਦੀ ਸੀ ਜਦੋਂ ਘੱਟ ਟ੍ਰੈਫਿਕ ਹੁੰਦਾ ਸੀ ਉਹਨਾਂ ਨੂੰ ਡਰਾ ਧਮਕਾ ਕੇ ਡਰਾਈਵਰ ਅਤੇ ਕਲੀਨਰ ਨੂੰ ਆਮ ਤੌਰ 'ਤੇ ਡਰਾ ਕੇ ਉਹਨਾਂ ਨੂੰ ਉਤਾਰ ਕੇ ਗੱਡੀ ਖੋਹ ਕਰਕੇ ਲੈ ਜਾਂਦੇ ਸੀ। ਇਹ ਕਾਫੀ ਐਕਟਿਵ ਗੈਂਗ ਹੈ ਅਤੇ ਪਿਛਲੇ 3 ਸਾਲਾਂ ਤੋਂ ਜਿਹੜੀ ਵਾਰਦਾਤਾਂ ਸਾਨੂੰ ਸਾਹਮਣੇ ਆਈਆਂ ਇਹਨਾਂ ਦੀ। ਹੁਣ ਮੈਡਮ ਅਰਲੀ ਜਿਹੜੀ ਹੁਣ ਕੀ ਜਾਂਚ ਵਿੱਚ ਜੀ ਰੁਪਈਆ ਦੇ ਚਾ ਰਿਹਾ ਮਤਲਬ ਅੱਗੇ ਕੀ ਅਰਲੀ? ਅੱਗੇ ਅਸੀਂ ਤਫਤੀਸ਼ ਕਰ ਰਹੇ ਹਾਂ, ਹੋਰ ਜਿੰਨੀਆਂ ਵਾਰਦਾਤਾਂ ਹੋਈਆਂ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਅਤੇ ਕੰਸਰਨ ਜਿਹੜੇ ਜ਼ਿਲ੍ਹਿਆਂ 'ਚ ਵਾਰਦਾਤਾਂ ਕੀਤੀਆਂ ਉਹਨਾਂ ਨੂੰ ਇਨਫੋਰਮ ਕਰਕੇ ਉਹਨਾਂ ਨਾਲ ਰਾਬਤਾ ਵੀ ਕਾਇਮ ਕਰ ਰਹੇ ਹਾਂ। ਹਾਂਜੀ, ਇਹਨਾਂ ਦਾ 5 ਦਿਨ ਦਾ ਪੁਲਿਸ ਰਿਮਾਂਡ ਚੱਲ ਰਿਹਾ ਜੀ। ਥੈਂਕ ਯੂ ਜੀ।